ਹਾਂ ਜੀ ਜੀ ਆ ਆ ਬਿਲਡਿੰਗ 1874 ਦੇ ਵਿੱਚ ਤਿਆਰ ਹੋਈ ਸੀ ਅਤੇ 83 'ਚ ਕੰਪਲੀਟ ਹੋਈ ਸੀ। ਹਾਂਜੀ ਆਹ ਵੇਖੋ ਜਦੋਂ ਆਪਾਂ ਪਾਰਲੀਮੈਂਟ ਦੇ ਉੱਪਰ ਜਾਂਦੇ ਹਾਂ ਅਤੇ ਕਿੰਨੇ ਕਿੰਨੇ ਸੋਹਣੇ ਵਿਊ ਆ ਸਟੈਚੂ ਬਣਾਏ ਹੋਏ ਉਹਨਾਂ ਨੇ, ਭੰਡਾ ਭੰਡਾਰੀ ਆ ਕਿੰਨਾ ਕੁ ਭਾਰ ਅਤੇ ਇੱਕ ਮੁੱਠੀ ਚੁੱਕ ਲਾ ਦੂਜੀ ਤਿਆਰ। ਉਹ ਵੇਖੋ ਪਿੱਛੇ ਟ੍ਰੇਨਾਂ ਦਾ ਕਿਵੇਂ ਗਾਹ ਪਿਆ ਹੋਇਆ ਹੈ। ਧੁੱਪ ਬਹੁਤ ਜ਼ਿਆਦਾ, ਫੋਟੋ ਬਹੁਤ ਕਾਲੀ ਆਉਣ ਦੀ, ਧੁੱਪ ਬਹੁਤ ਜ਼ਿਆਦਾ, ਫੋਟੋ ਬਹੁਤ ਕਾਲੀ ਆਉਣ ਦੀ। ਜਿਹੜੀ ਵਰਲਡ ਵਾਰ, ਸੈਕਿੰਡ ਵਰਲਡ ਵਾਰ ਹੋਈ ਸੀ ਨਾ, ਉਦੋਂ ਬਹੁਤ ਜ਼ਿਆਦਾ ਖਰਾਬ ਹੋ ਗਈ। ਹੈਲੋ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ। ਅਸੀਂ ਆਏ ਅੱਜ ਬਾਹਰ ਘੁੰਮਣ, ਫਿਰ ਤੋਂ ਦੁਬਾਰਾ ਇੱਕ ਡਿਸਟ੍ਰਿਕਟ ਦੇ ਵਿੱਚ। ਅਸੀਂ ਕਿਹਾ ਵੀ ਚੱਲ ਜਿੰਨੇ ਵੀ ਡਿਸਟ੍ਰਿਕਾਂ ਆ 23 ਡਿਸਟ੍ਰਿਕਾਂ ਦੇ 23 ਬਲੌਗ ਬਣਾਉਣੇ, ਪਰ ਜਿਹੜੀਆਂ ਮੇਨ ਮੇਨ ਚੀਜ਼ਾਂ ਆ ਪਹਿਲਾਂ ਉਹਨਾਂ ਦੇ ਬਣਾ ਲਈਏ। ਜਿੱਦਾਂ ਹੁਣ ਅੱਜ ਆਪਾਂ ਆਏ ਹਾਂ ਇੱਕ ਡਿਸਟ੍ਰਿਕਟ ਦੇ ਵਿੱਚ ਪਾਰਲੀਮੈਂਟ, ਜਿੱਦਾਂ ਇੱਕ ਕਹਿ ਲਓ ਵੀ ਸਟਰੀਟ ਹੈ ਨਾ, ਸੈਕਟਰ, ਇੱਕ ਸੈਕਟਰ ਦੇ ਵਿੱਚ ਫਿਰ ਦੁਬਾਰਾ ਤੋਂ ਆਏ ਹਾਂ ਅਤੇ ਉੱਥੇ ਬਲੌਗ ਬਣਾ ਲਾਂਗੇ ਪਾਰਲੀਮੈਂਟ ਦਾ। ਅਤੇ ਅਸੀਂ ਅੱਜ ਪਾਰਲੀਮੈਂਟ ਦੇ ਬਾਰੇ, ਬਲੌਗ ਬਾਰੇ ਜਿੰਨੀ ਵੀ ਵੀਡੀਓ ਬਣੂਗੀ ਅਤੇ ਉਹ ਪਾਰਲੀਮੈਂਟ ਦੀ ਗੱਲ ਹੋਊਗੀ। ਇਹ ਪਾਰਲੀਮੈਂਟ ਦੀ ਜਿਹੜੀ ਖਾਸ ਮੇਨ ਗੱਲ ਉਹ ਇਹ ਆ ਵੀ ਇਹ ਪਾਰਲੀਮੈਂਟ ਜਿਹੜੀ ਵਰਲਡ ਵਾਰ, ਸੈਕਿੰਡ ਵਰਲਡ ਵਾਰ ਹੋਈ ਸੀ ਨਾ, ਉਦੋਂ ਬਹੁਤ ਜ਼ਿਆਦਾ ਖਰਾਬ ਹੋ ਗਈ, ਟੁੱਟ ਗਈ, ਭੱਜ ਗਈ। ਉੱਦਾਂ ਤਿਆਰ ਕਿੰਨੀ ਵਾਰੀ ਹੋਈ ਹੈ, 2-3 ਵਾਰੀ ਤਿਆਰ ਹੋਈ ਹੈ, ਪਰ ਮੇਨ ਮੁੱਦਾ ਇਹ ਆ ਵੀ ਇਹ ਜਿਹੜੀ ਜ਼ਿਆਦਾ ਖਰਾਬ ਹੋਈ ਸੀ ਜਦੋਂ, ਮਤਲਬ ਦੁਬਾਰਾ ਆਰਕੀਟੈਕਟ ਹੰਸ ਆਇਆ ਸੀ, ਉਹਨੇ ਦੁਬਾਰਾ ਤੋਂ ਤਿਆਰ ਕੀਤੀ ਸੀ, ਅਤੇ ਉਹਨੇ ਇਸੇ ਕਰਕੇ ਵੀ ਵਰਲਡ, ਸੈਕਿੰਡ ਵਰਲਡ ਵਾਰ 'ਚ ਬਹੁਤ ਹੀ ਜ਼ਿਆਦਾ ਇਹਦਾ ਨੁਕਸਾਨ ਹੋਇਆ ਸੀ। ਅੱਜ ਆਪਾਂ ਵਿਖਾਉਂਦੇ ਹਾਂ ਅੱਜ ਆਸਟ੍ਰੇਲੀਆ ਦੀ ਪਾਰਲੀਮੈਂਟ, ਅੱਜ ਤੁਹਾਨੂੰ ਲੈ ਕੇ ਚੱਲਦੇ ਅੱਜ ਪਾਰਲੀਮੈਂਟ ਦੇ ਵਿੱਚ। ਹਾਂਜੀ ਜੀ, ਆ ਆ ਬਿਲਡਿੰਗ 1874 ਦੇ ਵਿੱਚ ਤਿਆਰ ਹੋਈ ਸੀ ਅਤੇ 83 'ਚ ਕੰਪਲੀਟ ਹੋਈ ਸੀ। ਇੱਥੇ ਨਾ ਟ੍ਰੇਨਾਂ ਬਹੁਤ ਖੜਦੀਆਂ ਆ ਆਉਣ ਆਉਣ ਕੇ, ਇਸ ਕਰਕੇ ਇਹਦੀ ਵੀਡੀਓ ਨਹੀਂ ਬਣ ਪਾ ਰਹੀ। ਹਾਂਜੀ ਜੀ, ਇੱਥੇ ਟ੍ਰੇਨਾਂ ਬਹੁਤ ਖੜਦੀਆਂ ਆ ਆਉਣ ਆਉਣ ਕੇ, ਅਤੇ ਇਸ ਕਰਕੇ ਟ੍ਰੇਨ ਦੇ ਚੱਕਰ 'ਚ ਵੀਡੀਓ ਨਹੀਂ ਬਣ ਪਾ ਰਹੀ। ਅਤੇ ਮੈਂ ਕਦੋਂ ਦਾ ਖੜਾ ਹਾਂ, ਇੱਕ ਜਾਂਦੀ ਉਹ ਭੰਡਾ ਭੰਡਾਰੀ ਆ ਕਿੰਨਾ ਕੁ ਭਾਰ ਅਤੇ ਇੱਕ ਮੁੱਠੀ ਚੁੱਕ ਲਾ ਦੂਜੀ ਤਿਆਰ। ਉਹ ਵੇਖੋ ਪਿੱਛੇ ਟ੍ਰੇਨਾਂ ਦਾ ਕਿਵੇਂ ਗਾਹ ਪਿਆ ਹੋਇਆ ਹੈ, ਅਤੇ ਇਸ ਕਰਕੇ ਵੀਡੀਓ ਨਹੀਂ ਬਣ ਪਾ ਰਹੀ। ਇੱਥੇ 71D2 87 ਸਾਰੀਆਂ ਆਉਂਦੀਆਂ ਆ, ਅਤੇ ਵੀਡੀਓ ਦਾ ਸ਼ੋਟ ਲੈਣ ਲਈ ਕਿੰਨੇ ਬੰਦੇ ਖੜ੍ਹੇ ਆ। ਉਹ ਪਰਲੀ ਸਾਈਡ ਵੀ ਲੱਗੇ ਹੋਏ ਨੇ ਕੋਈ। ਆਹ ਇਹਦੀ ਉਦਮ ਮੇਨ ਬਿਲਡਿੰਗ ਹੈ, ਠੀਕ ਹੈ ਜੀ। ਇਹ ਪੋਲੀਥਰ ਹੰਸ ਜਿਹਨੇ ਬਿਲਡਿੰਗ ਦਾ ਨਕਸ਼ਾ ਜਾਂ ਆਰਕੀਟੈਕਟ ਕਹਿ ਲਓ, ਉਹਨੇ ਤਿਆਰ ਕੀਤੀ ਇਹ ਸਾਰੀ ਜਿਹੜੀ ਬਿਲਡਿੰਗ ਹੈ ਨਾ। ਇਹ ਜਿਹੜੇ ਸਟੈਚੂ ਹੈ ਜਿੱਦਾਂ ਵੀ ਹੈ ਨਾ, ਇਹ ਸਾਰੇ ਗਰੀਸ ਤੋਂ ਲਏ ਗਏ, ਯਾਨੀ ਕਿ ਸੇਮ ਗਰੀਸ ਵਾਂਗੂ, ਯਾਨੀ ਕਿ ਕਹਿ ਲਓ ਵੀ ਤਿਆਰ ਕੀਤਾ ਗਿਆ ਸੀ, ਹੈ ਨਾ। ਹਾਂਜੀ, ਜਦੋਂ ਇਹ ਜਿਹੜੀ ਆਸਟ੍ਰੇਲੀਆ ਦੀ ਪਾਰਲੀਮੈਂਟ ਤਿਆਰ ਹੋ ਰਹੀ ਸੀ, ਉਸ ਸਮੇਂ ਇੱਥੇ ਦਾ ਰਾਜਾ ਸੀ ਫਰਾਂਸ ਜੋਸਫ। ਇਹ ਜਿਹੜੇ ਸਟੈਚੂ ਹੈ ਜਿੱਦਾਂ ਸਾਰੀ ਬਿਲਡਿੰਗ ਹੈ, ਇਹ ਉਹਦੇ ਅੰਦਰ ਤਿਆਰ, ਉਹਦੇ ਤਿਆਰੀ ਰਾਜ ਦੇ ਵਿੱਚ ਤਿਆਰ ਹੋਈ ਹੈ। ਇਹ ਜਿਹੜੀ ਫਰਾਂਸ ਆ, ਜਿਹੜੀ ਆਸਟ੍ਰੇਲੀਆ ਦੀ ਪਾਰਲੀਮੈਂਟ ਹੈ, ਇਹ ਸਾਰੀ ਹੀ ਉਹਦੇ ਰਾਜ ਦੇ ਵਿੱਚ ਹੀ ਤਿਆਰ ਹੋਈ ਹੈ। ਇੱਥੇ ਬਹੁਤ ਸਾਰੇ ਬਲੌਗਰ ਕੀ ਫੋਟੋਆਂ ਖਿੱਚਣ ਵਾਲੇ ਕੀ ਆਏ ਹੋਏ ਆ। ਬਹੁਤ ਹੀ ਸੋਹਣਾ ਵਿਊ ਇੱਥੇ ਦਾ ਸ਼ਾਮਾਂ ਦਾ। ਮੈਂ ਤਾਂ ਜਾਂਦਾ ਸੀ ਚੱਲ ਹੋਰ ਥੋੜ੍ਹਾ ਹਨੇਰਾ ਪੈ ਜੇ, ਹਨੇਰੇ 'ਚ ਫਿਰ ਸ਼ਾਮਾਂ ਨੂੰ ਜਾਵਾਂਗੇ, ਪਰ ਫਿਰ ਵੀ ਵਧੀਆ, ਥੋੜ੍ਹੀ ਥੋੜ੍ਹੀ ਧੁੱਪ ਹੈ ਆ। ਹਾਂਜੀ ਜੀ, ਇਹ ਜਿਹੜੀ ਪਾਰਲੀਮੈਂਟ ਦਾ ਵਿਊ ਬਾਹਰ ਵਾਲਾ, ਜਿੰਨੇ ਵੀ ਪਾਰਲੀਮੈਂਟ, ਜਿਹੜੀ ਜਦੋਂ ਪਾਰਲੀਮੈਂਟ ਹਾਂ ਕੰਪਲੀਟ ਹੋ ਗਈ ਸੀ ਨਾ, ਠੀਕ ਹੈ, ਪੋਲੀਥਰ ਹੰਸ ਨੂੰ ਜਦੋਂ ਇਹ ਪਾਰਲੀਮੈਂਟ ਸਾਰੀ ਕੰਪਲੀਟ ਕਰ ਲਈ ਤਾਂ ਉਹਨੇ
ਤੇ ਫਿਰ ਬਾਅਦ ਦੇ ਵਿੱਚ ਨਾ ਜਦੋਂ ਉਹਨੇ ਪਾਰਲੀਮੈਂਟ ਸਾਰੀ ਇਹਨਾਂ ਨੂੰ ਚੈੱਕ ਕਰਾਈ ਦੇਖੀ ਉਹਨਾਂ ਨੇ ਆਣ ਕੇ, ਫਿਰ ਉਹਨਾਂ ਨੇ ਨਾ ਉਹਨਾਂ ਨੂੰ ਸਨਮਾਨਿਤ ਕੀਤਾ ਸੀਗਾ ਆਣ ਕੇ ਵੀ ਇੰਨੀ ਸੋਹਣੀ ਪਾਰਲੀਮੈਂਟ ਤੁਸੀਂ ਬਣਾਈ ਹੈ ਅਤੇ ਸਨਮਾਨਿਤ ਕੀਤਾ ਸੀ ਉਸ ਸਮੇਂ, ਲਾ ਲਓ ਵੀ ਕੋਈ ਗਿਸ਼ਿੰਕ ਦਿੱਤਾ ਲਾ ਲਓ ਜਾਂ ਗਿਫਟ ਦਿੱਤਾ ਲਾ ਲਓ। ਹਾਂਜੀ ਜੀ, ਆ ਇੱਥੇ ਪਾਰਲੀਮੈਂਟ ਔਸਟਰਾਈਖ, ਅਤੇ ਇਹ ਪਾਰਲੀਮੈਂਟ ਔਸਟਰਾਈਖ ਜਿਹੜੀ ਇਹ 13,500 ਕੁਝ 63 ਮੀਟਰ ਵਿੱਚ ਬਣੀ ਹੋਈ ਹੈ ਸਾਰੀ ਬਿਲਡਿੰਗ ਏ ਟੂ ਜੈਡ, 13,000 ਕੁਝ 63 ਮੀਟਰ ਵਿੱਚ ਬਣੀ ਹੋਈ। ਇਹ ਉੱਪਰ ਰਿੰਗ ਦੇ ਉੱਤੇ ਆ, ਅਤੇ ਇੱਥੇ ਜਿਹੜੀਆਂ ਟ੍ਰੇਨਾਂ ਲੰਘਦੀਆਂ ਜਾਂ ਜਿਹੜੇ ਟੂਰਿਸਟ ਆਉਂਦੇ ਵਿਜ਼ਿਟ ਕਰਦੇ ਆ ਅਤੇ ਉਹ ਸਾਰੇ ਦੇਖਦੇ ਆ। ਇਹਦਾ ਦ੍ਰਿਸ਼ ਬਹੁਤ ਵਧੀਆ ਆ, ਆਉਂਦੇ ਜਾਂਦੇ ਸਾਰੇ ਜਿਹਦੇ ਆ। ਹੁਣ ਮੈਨੂੰ ਲੱਗਦਾ ਨਹੀਂ ਇਸ ਵੇਲੇ ਕੋਈ ਅੰਦਰ ਵੀ ਜਾਣ ਦਊਗਾ, ਉੱਦਾਂ ਆਪਾਂ ਅੰਦਰ ਵੀ ਜਾਂਦਾ, ਬਟ ਦੇਖਿਆ ਸੀ ਵੀ ਜਾਵਾਂਗੇ। ਆ ਇੱਦਾਂ ਦੇ ਸਟੈਚੂ ਬਣਾਏ ਹੋਏ ਆ ਸੋਹਣੇ ਸੋਹਣੇ ਇੱਥੇ। ਇਹ ਬਿਲਡਿੰਗਾਂ ਵੇਖੋ ਕਿੰਨੀਆਂ ਸੋਹਣੀਆਂ ਬਣਾ ਕੇ ਅਤੇ ਉੱਦਾਂ ਦੀ ਉੱਦਾਂ ਹੀ ਨਾ ਰੱਖੀਆਂ ਹੋਈਆਂ, ਅਤੇ ਆਪਾਂ ਹੁਣ ਫਿਰ ਮੋਦੀ ਨੇ ਦੁਬਾਰਾ ਚੇਂਜ ਕਰਤੀ ਬਿਲਡਿੰਗ ਬਣਾ ਕੇ, ਨਵੀਂ ਬਣਾਤੀ ਪਾਰਲੀਮੈਂਟ, ਅਤੇ ਪੁਰਾਣੀ ਜਿਹੜੀ ਉਹ ਜ਼ਿਆਦਾ ਪੁਰਾਣੀ। ਉਸ 'ਤੇ ਆਸਟਰੀਆ ਦਾ ਫਲੈਗ ਝੰਡਾ ਝੂਲਦਾ ਹੋਇਆ। ਕਿਵੇਂ ਲੋਕ ਆ ਕੇ ਬੈਠੇ ਆ, ਕਿਸੇ ਨੂੰ ਹੈ ਹੀ ਨਹੀਂ ਆ ਮਾੜਾ ਮੋਟਾ ਵੀ ਪਾਰਲੀਮੈਂਟ ਹੈ, ਲੋਕ ਤਾਂ ਨਜ਼ਾਰੇ ਲੈ ਰਹੇ ਆ। ਆਪਣੇ ਇੰਡੀਆ ਹੁੰਦਾ ਤਾਂ ਹੁਣ ਮੈਂ ਕਹਿੰਦਾ ਤੁਸੀਂ ਇੱਥੇ ਕਰਨ ਕੀ ਡੇ ਹੋ ਇੰਨੇ ਜਣੇ। ਹਾਂਜੀ, ਆ ਵੇਖੋ ਜਦੋਂ ਆਪਾਂ ਪਾਰਲੀਮੈਂਟ ਦੇ ਉੱਪਰ ਜਾਂਦੇ ਹਾਂ ਅਤੇ ਕਿੰਨੇ ਕਿੰਨੇ ਸੋਹਣੇ ਵਿਊ ਆ ਸਟੈਚੂ ਬਣਾਏ ਹੋਏ ਉਹਨਾਂ ਨੇ, ਅਤੇ ਜੇ ਤੁਸੀਂ ਥੱਲੇ ਦਾ ਦ੍ਰਿਸ਼ ਵੇਖਣਾ ਚਾਹੁੰਦੇ ਤਾਂ ਆ ਵੇਖੋ ਪਾਰਲੀਮੈਂਟ ਦੀ ਥੱਲੇ ਸਾਈਡ। ਜੋਰੇ ਇੱਧਰ ਆ, ਕਹਿੰਦਾ ਜੋਰਾਂ ਨਹੀਂ ਲੋਟ ਆਉਂਦਾ। ਆ ਆਇਆ ਇਹਦਾ ਪਾਰਲੀਮੈਂਟ ਦਾ ਮੇਨ ਦਰਵਾਜ਼ਾ ਜਿਹੜਾ ਆ ਅੰਦਰ, ਅਤੇ ਇੱਥੇ ਗਿਮਨਾਜ਼ੀਅਮ ਵੀ ਹੈ, ਇੱਥੇ 100 ਤੋਂ ਉੱਪਰ ਕਮਰੇ ਵੀ ਹੈ। ਆਪਾਂ ਫੋਨ ਨਾਲ ਲਾ ਕੇ ਅਤੇ ਅੰਦਰਲਾ ਦ੍ਰਿਸ਼ ਦੇਖਦਾ ਆਪਦਾ ਥੋੜ੍ਹਾ ਜਿਹਾ। ਆਓ ਦੇਖੋ ਇੱਥੇ 100 ਤੋਂ ਵੱਧ ਕਮਰੇ ਆ, ਅਤੇ ਇੱਥੇ ਖਾਣ ਪੀਣ ਦਾ ਬਹੁਤ ਜਿੱਦਾਂ ਕੀ ਕਹਿੰਦੇ ਹੁੰਦੇ ਕੰਟੀਨ ਵਗੈਰਾ ਜੀ, ਬਹੁਤ ਜਿਹੜਾ ਟੈਪ ਖਾਂਦੇ ਹੋਣਗੇ, ਠੀਕ ਨਹੀਂ। ਇੱਥੇ ਸਾਰਾ ਹੈਗਾ ਆ, ਅਤੇ ਇੱਥੋਂ ਨਾ ਦਰਵਾਜ਼ਾ ਖੁੱਲ੍ਹਦੇ ਆ ਸਾਰੇ ਜਦੋਂ ਬੈਕ ਸਾਈਡ ਵੇਖਦੇ ਹਾਂ ਆਪਾਂ, ਵੇਖੋ ਵਿਊ ਕਿੱਡਾ ਵਧੀਆ। ਐਂ ਸਟੈਚੂ ਵਿਚਕਾਰ ਬਣਾਇਆ ਹੋਇਆ ਉਹਨਾਂ ਨੇ, ਬਹੁਤ ਹੀ ਸੋਹਣਾ ਲੱਗਦਾ ਇੱਥੋਂ ਆਸਟ੍ਰੀਆ ਦੇ ਸਾਰੇ ਵਿਊ ਦਿਖਦਾ ਪੂਰਾ। ਇੱਕ ਡਿਸਟ੍ਰਿਕਟ
ਉਹ ਜੋਰੇ ਕਿੱਥੇ ਆਇਆ ਅੱਜ? ਹੈ ਕਿੱਥੇ ਆਇਆ? ਪਾਰਲੀਮੈਂਟ 'ਚ? ਹੈ ਸੇਬ ਖਾਣ ਡਿਆ ਆ। ਹਾਂਜੀ ਆ ਆਪਣੀ ਪਾਰਲੀਮੈਂਟ, ਆਪਣੀ ਪਾਰਲੀਮੈਂਟ ਮਤਲਬ ਆਸਟ੍ਰੇਲੀਆ ਦੀ ਪਾਰਲੀਮੈਂਟ, ਠੀਕ ਹੈ ਜੀ। ਇਹਦਾ ਜਾਂਦੇ ਯਾਰ ਇਹਦਾ ਮੈਂ ਕਿਹਾ ਫਿਰ ਇੱਕ ਵਾਰੀ ਵਿਊ ਲੈ ਲਈਏ, ਕਿਉਂਕਿ ਉਦੋਂ ਜਦੋਂ ਆਏ ਉਦੋਂ ਧੁੱਪ ਬਹੁਤ ਜ਼ਿਆਦਾ ਸੀ, ਹੈ ਨਾ, ਧੁੱਪ ਬਹੁਤ ਜ਼ਿਆਦਾ, ਫੋਟੋ ਬਹੁਤ ਕਾਲੀ ਆਉਣ ਡਈ, ਠੀਕ ਹੈ। ਉੱਧਰ ਨਹੀਂ ਜਾ ਸਕਦਾ ਤੂੰ ਸੜਕ 'ਤੇ, ਇੱਧਰ ਸੜਕ 'ਤੇ ਨਹੀਂ ਜਾ ਸਕਦਾ ਤੂੰ। ਹਾਂਜੀ ਜੀ ਆ ਰਹਿ ਗਈ ਪਿੱਛੇ ਪਾਰਲੀਮੈਂਟ, ਆਪਾਂ ਹੁਣ ਚੱਲੇ ਘਰਾਂ ਨੂੰ। ਬਹੁਤ ਸੋਹਣੀ ਪਾਰਲੀਮੈਂਟ ਹੈ, ਅਤੇ ਇਹ ਆ ਵੀ ਜਿੱਦਾਂ ਧੁੱਪ ਬਹੁਤ ਜ਼ਿਆਦਾ ਸੀ ਅਤੇ ਸ਼ੇਡ ਬਹੁਤ ਕਾਲੀ ਆ ਰਹੀ ਹੈ, ਬਹੁਤ ਹੀ ਜ਼ਿਆਦਾ, ਜਿੱਦਾਂ ਕਹਿ ਲਓ ਵਧੀਆ ਵੀ ਨਹੀਂ ਲੱਗ ਰਹੀ ਸੀ, ਪਰ ਆਪਾਂ ਫਿਰ ਵੀ ਰੋਟੀ ਟੁੱਕ ਕਰਕੇ ਜਿੰਨੀ ਕੁ ਆਪਾਂ ਕੋਲ ਬਣੀ ਠੀਕ ਹੈ, ਅਤੇ ਆਪਾਂ ਹੁਣ ਚੱਲੇ ਘਰਾਂ ਨੂੰ। ਓਕੇ ਜੀ ਮਿਲਦੇ ਹਾਂ ਹੁਣ ਕਿਸੇ ਆਪਾਂ ਅਗਲੇ ਬਲੌਗ 'ਚ। ਸਤਿ ਸ਼੍ਰੀ ਅਕਾਲ ਜੀ।